ਅੱਜ ਪੰਜਾਬ ਸਰਕਾਰ ਸ਼੍ਰੀ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜਿੱਥੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਦਾ ਅਹੁਦਾ ਦਿੱਤਾ ਗਿਆ, ਉੱਥੇ ਨਾਲ ਹੀ ਸਕੂਲ ਆਫ ਐਮੀਨੈਂਸ ਦੀ ਬਰਾਬਰੀ ਕਰਦਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਨਾਮੀ ਸਕੂਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਨੂੰ ਵੀ ਸਕੂਲ ਆਫ ਐਮੀਨੈਂਸ ਵਰਗੀਆਂ ਹੀ ਸਹੂਲਤਾਂ ਦਿੰਦੇ ਹੋਏ ਬੱਸ ਦੀ ਜਿਹੜੀ ਲੜਕੀਆਂ ਵਾਸਤੇ ਇੱਕ ਸਹੂਲਤ ਦਿੱਤੀ ਗਈ। ਇਹ ਬੱਸ ਜਿਹੜੀ ਹੈ ਲੜਕੀਆਂ ਦੀ ਸੁਰੱਖਿਆ ਲਈ ਅਤੇ ਦੂਰ ਦੁਰਾਡੇ ਤੋਂ ਆਉਣ ਵਾਲੀ ਲੜਕੀਆਂ ਦਾ ਸਮੇਂ ਸਿਰ ਸਕੂਲ ਵਿੱਚ ਆਰਾਮਦਾਇਕ ਤਰੀਕੇ ਦੇ ਨਾਲ ਪੁੱਜਣ ਦਾ ਇੱਕ ਜਿਹੜਾ ਜ਼ਰੀਆ ਸਰਕਾਰ ਵੱਲੋਂ ਉਲੀਕਿਆ ਗਿਆ ਹੈ, ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹੈਗੇ ਹਾਂ। ਅੱਜ ਉਸਦਾ ਹੀ ਉਦਘਾਟਨ ਸਦਕਾ ਸਾਡੇ ਵਿਚਕਾਰ ਸਾਡੇ ਕੈਬਨਿਟ ਮੰਤਰੀ ਜੀ ਸ਼੍ਰੀ ਜਿੰਬਾ ਜੀ ਸਾਡੇ ਸਕੂਲ ਵਿੱਚ ਬੱਸਾਂ ਨੂੰ ਹਰੀ ਝੰਡੀ ਦੇਣ ਖਾਤਰ ਸਾਡੇ ਸਕੂਲ ਵਿੱਚ ਪੁੱਜੇ। ਨਾਲ ਸਾਡੇ ਜ਼ਿਲ੍ਹੇ ਦਾ ਮਾਣ ਮੈਡਮ ਲਲਿਤਾ ਅਰੋੜਾ ਜੀ ਡੀ ਓ ਸੈਕੰਡਰੀ ਹੁਸ਼ਿਆਰਪੁਰ, ਡਿਪਟੀ ਡੀ ਓ ਸ਼੍ਰੀ ਧੀਰਜ ਵਿਸ਼ੇਸ਼ ਜੀ, ਆਪਣੇ ਸ਼ਹਿਰ ਹੁਸ਼ਿਆਰਪੁਰ ਦੇ ਮੇਅਰ ਅਤੇ ਨਾਲ ਉਹਨਾਂ ਦੇ ਹੋਰ ਸਹਿਯੋਗੀ ਅਤੇ ਪੂਰੀ ਟੀਮ ਜਿਹੜੀ ਹੈ ਅੱਜ ਸਕੂਲ ਵਿੱਚ ਉਪਸਥਿਤ ਹੋਏ ਅਤੇ 20 ਅਗਸਤ ਦਿਨ ਮੰਗਲਵਾਰ ਨੂੰ ਇਸ ਸ਼ੁਭ ਘੜੀ ਦਾ ਅੱਜ ਉਦਘਾਟਨ ਕੀਤਾ ਗਿਆ। ਅਤੇ ਸਾਨੂੰ ਬਹੁਤ ਮਾਣ ਹੈ ਕਿ ਸਾਡੇ ਰੇਲਵੇ ਮੰਡੀ ਸਕੂਲ ਨੂੰ ਇਹ ਮਾਣ ਪ੍ਰਾਪਤ ਹੋਇਆ। ਜਿੱਥੇ ਸਕੂਲ ਆਫ ਐਮੀਨੈਂਸ ਵਿੱਚ ਇਹ ਬੱਸਾਂ ਸ਼ੁਰੂ ਕੀਤੀਆਂ ਗਈਆਂ, ਇਹ ਸਹੂਲਤ ਜੋ ਹੈ ਸਾਡੇ ਸਕੂਲ ਨੂੰ ਮਾਣ ਜਿਹੜਾ ਦਿੱਤਾ ਹੈ, ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹੈਗੇ ਹਾਂ। ਅਤੇ ਅਸੀਂ ਉਹਨਾਂ ਨੂੰ ਇਹ ਯਕੀਨ ਦਵਾਉਂਦੇ ਹਾਂ ਕਿ ਜੋ ਸਰਕਾਰ ਵੱਲੋਂ ਇਸ ਸਕੂਲ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਹੋਰ ਦੂਜੀਆਂ ਜਿਹੜੀਆਂ ਫੀਲਡਸ ਹੈਗੀਆਂ, ਸਪੋਰਟਸ ਦੀ ਫੀਲਡ ਹੋਵੇ, ਭਾਵੇਂ ਕਲਚਰਲ ਐਕਟੀਵਿਟੀਜ਼ ਹੋਣ, ਹਰ ਫੀਲਡ ਵਿੱਚ ਕੁੜੀਆਂ ਇਸ ਜ਼ਿਲ੍ਹੇ ਦਾ ਨਾਂ ਰੋਸ਼ਨ ਕਰਦੀਆਂ ਸਾਹਮਣੇ ਆਉਣਗੀਆਂ ਅਤੇ ਸਕੂਲ ਦੇ ਪੱਧਰ ਨੂੰ ਹੋਰ ਉੱਪਰ ਚੱਕਣ ਵਿੱਚ ਜਿਹੜਾ ਹੈ ਸਾਰੇ ਸਟਾਫ ਦਾ, ਮਿਹਨਤੀ ਸਟਾਫ ਦਾ ਸਹਿਯੋਗ ਸਾਨੂੰ ਆਪ ਜੀ ਨੂੰ ਮਿਲੇਗਾ। ਅਤੇ ਇਹਦੇ ਨਾਲ ਅਸੀਂ ਉਹਨਾਂ ਦੇ ਆਏ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਹਾਂ ਅਤੇ ਯਕੀਨ ਦਵਾਉਂਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਕੂਲ ਬੁਲੰਦੀਆਂ ਵਿੱਚ ਆਪਣਾ ਨਾਮ ਕਮਾਏਗਾ। ਧੰਨਵਾਦ ਜੀ।